होशियारपुर के टैक्स एंड बार एसोसिएशन में बड़ी तकरार। एसोसिएशन के सेक्रेटरी एडवोकेट सुरेंद्र पाल राणा एवं सीनियर एग्जीक्यूटिव मेंबर जेएस पासी ने आपातकालीन मीटिंग कॉल कर प्रधान संदीप कहड़ द्वारा धक्केशाही से करवाए जा रहे चुनावों को गैर संवैधानिक बताया। 42 में से 30 के करीब सदस्यों ने आज के चुनाव का बाइकाट का ऐलान कर दिया है। होशियारपुर से दलजीत सिंह अजनोहा की रिपोर्ट। इलेक्शन टैक्सेशन बार का जिहड़ा हैगा हमेशा तो इलेक्शन होने तो पहला एक जनरल हाउस की मीटिंग बुलाई जाती है जिदे सारे मैंबर साहबान पहला प्रॉपर इंटीमेट किया जाता। बेसिक इशू जो होंगे इलेक्शन के प्रोसीजर बारे नॉमीनेशन बारे किमें किया जाएगा वेन्यू की होएगा कि डेट होएगा सारा तय किया जाता सारे मैंबर के सहयोग न। इस इलेक्शन कोई भी इस तरह की मीटिंग नहीं हुई। मीटिंग कॉल करने प्रधान जी को रिक्वेस्ट की गई जिदे बारे उन्होंने क्या भी कोई करने की जरूरत नहीं हैगी साड़ी ऑलरेडी हो गई। पूछा उन्होंने कितने हुई किने की किड़े मैंबर ने पार्टीसपेट किया कोई किसी तरह का भी कोई तसलीबक जवाब नहीं मिले। किसी मैंबर ने अफरमेशन नहीं की कि असी इन्हू अटेंड किया। अकॉर्डिंगली असी जनरल हाउस की मीटिंग देने कॉल दी है 10 तरीक में जी रेजिडेंसी होटल असी बुलाई है मीटिंग। अज एमरजेंसी मीटिंग असी इन्हों 2-3 तरीके दे नाल बुलाया हैगा कि इस मैटर नूं असीं इत्थे बैठ के रिजॉल्व करिए लेकिन अनफॉर्चुनेटली सारे सीनियर मैंबर सारे मैंबर दे आने के बावजूद भी उन्हां दे विचों कोई भी नहीं आया ना ही मिस्टर कैर ने रिपोर्ट किया। अदरवाइज ये मैटर शायद इतने ही सॉल्व हो जाता। जनरल मैटर मीटिंग बुला के असीं प्रॉपर उहदा फंक्शन प्रॉपर इलेक्शन करा लैंदे। ਸੋ ਅਨਫੋਰਚੁਨੇਟਲੀ ਹੁਣ ਇਹ ਦੁਬਾਰਾ ਫਿਰ ਕੈਂਸਲੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਮੀਟਿੰਗ ਇਲੈਕਸ਼ਨ ਮੀਟਿੰਗ ਕਰਨ ਜਾ ਰਹੇ ਆ ਜਿਹੜੀ ਅੱਲਾ ਫੁੱਲ ਹੈ ਅਗੇਂਸਟ ਦਾ ਲਾ ਹੈ ਅਵੋਇਡਬਲ ਇਸ਼ੂ ਹੈ ਨੋਟ ਸਸਟੇਨੇਬਲ ਇਨ ਐਨੀ ਲੋਂਗ। ਕਿੰਨੇ ਮੈਂਬਰਸ ਜਿਹੜੇ ਹੈਗੇ ਦਾ ਬਾਈਕਾਟ ਕਰ ਰਹੇ ਇਸ ਮੀਟਿੰਗ? ਅੱਜ ਟੋਟਲ ਮੈਂਬਰਸ ਦੇ ਵਿੱਚੋਂ ਸਾਡੇ ਕੋਲ ਐਮਰਜੈਂਸੀ ਮੀਟਿੰਗਸ ਦੇ ਵਿੱਚ 30 ਮੈਂਬਰਸ ਦੇ ਕਰੀਬ ਕੋਈ ਆਏ ਹੈ ਜਿਸ ਤਰ੍ਹਾਂ ਸਾਡੇ ਸੀਨੀਅਰ ਐਡਵੋਕੇਟ ਪਾਸੀ ਸਾਹਿਬ ਨੇ ਤੁਹਾਨੂੰ ਦੱਸਿਆ। ਸਾਰੇ ਮੈਂਬਰਸ ਦਾ ਵਰਸ਼ਨ ਸੀਗਾ ਕਿ ਉਹਨਾਂ ਨੂੰ ਆ ਕੇ ਇੱਥੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਆ ਕੇ ਆਪਣਾ ਵਰਸ਼ਨ ਰੱਖਣਾ ਚਾਹੀਦਾ ਹੈ। ਈਵਨ ਸਿਵਲ ਕੋਡ ਦੇ ਪ੍ਰਧਾਨ ਜੀ ਵੀ ਪ੍ਰੈਜੈਂਟ ਸੀਗੇ ਉਹਨਾਂ ਦਾ ਵੀ ਮਨਸ਼ਾ ਸੀਗਾ ਵੀ ਬੈਠ ਕੇ ਆਪਾਂ ਸਾਰਾ ਰਿਜ਼ੋਲਵ ਕਰੀਏ ਜੋ ਵੀ ਮੈਟਰ ਹੈਗਾ ਬਟ ਉਹਨਾਂ ਦੇ ਨਾ ਆਉਣ ਕਰਕੇ ਇਹ ਮੈਟਰ ਥੋੜ੍ਹਾ ਲਿੰਗਰ ਆਨ ਹੋ ਗਿਆ। ਬਟ ਮੈਂ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਐਮਰਜੈਂਸੀ ਮੀਟਿੰਗ ਦੇ ਵਿੱਚ ਇਹਦੇ ਵਿੱਚ ਰਿਜ਼ੋਲਵ ਕਰ ਦਿੱਤਾ ਮੈਂਬਰ ਸਾਹਿਬਾਨ ਨੇ ਕਿ ਉਹਨਾਂ ਦੇ ਨਾਂ ਆਉਣ ਕਰਕੇ ਇੱਕ ਤਾਂ ਇਹ ਮੈਟਰ ਨਹੀਂ ਰਿਜ਼ੋਲਵ ਹੋਇਆ ਬਾਕੀ ਉਹਨਾਂ ਦੀ ਮੀਟਿੰਗ ਜਿਹੜੀ ਅੱਜ ਇਲੈਕਸ਼ਨ ਮੀਟਿੰਗ ਸੋ ਕਾਲਡ ਕਰ ਰਹੇ ਹੈਗੇ ਉਹ ਬਿਲਕੁਲ ਅਨਕੋਨਸਟੀਟਿਊਸ਼ਨਲ ਅਵੋਇਡਬਲ ਇਸ਼ੂ ਬਿਲਕੁਲ ਇਲੀਗਲ ਹੈਗੀ। ਇਸ ਤਰ੍ਹਾਂ ਦਾ ਕੋਈ ਵੀ ਅਗਰ ਉਹ ਕੋਈ ਨਤੀਜਾ ਪ੍ਰੈਸ ਦੇ ਵਿੱਚ ਕਰੂਗੇ ਤਾਂ ਗਲਤ ਹੋਏਗਾ ਉਹਦੇ ਲਈ ਬਾਹਰ ਜੋ ਸੂਟੇਬਲ ਐਕਸ਼ਨ ਹਾਊਸ ਜੋ ਸੂਟੇਬਲ ਐਕਸ਼ਨ ਕਰੇਗਾ ਦੈਟ ਸ਼ੁੱਡ ਬੀ ਐਪਲੀਕੇਬਲ। ਥੈਂਕ ਯੂ। ਇਹ ਮੀਟਿੰਗ ਸਾਡੇ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਸੈਕਟਰੀ ਸੁਰਿੰਦਰ ਰਾਣਾ ਜੀ ਨੇ ਕਾਲ ਕੀਤੀ ਹੈ ਔਰ ਇਹ ਐਮਰਜੈਂਸੀ ਮੀਟਿੰਗ ਕਾਲ ਕੀਤੀ ਗਈ। ਇਸਦਾ ਰੀਜ਼ਨ ਇਹ ਸੀ
ਕਿ ਪ੍ਰੈਜੀਡੈਂਟ ਸਾਹਿਬ ਜਿਹੜੇ ਸੰਦੀਪ ਕੈਰ ਜੀ ਹੈ ਉਹਨਾਂ ਨੇ ਇੱਕ ਦਿਨ ਪਹਿਲਾਂ ਵਟਸਐਪ ਥਰੂ ਮੈਸੇਜ ਪਾਇਆ ਕਿ 3 ਤਰੀਕ ਨੂੰ ਇਲੈਕਸ਼ਨ ਮੀਟਿੰਗ ਬਕਰਾ ਹੋਟਲ 'ਚ 7 ਵਜੇ ਹੋਊਗੀ ਔਰ ਉਹ ਮੀਟਿੰਗ ਜਿਹੜੀ ਉਹ ਕਰ ਰਹੇ ਆ ਉਹਦੇ ਉਹ ਉਹਨਾਂ ਨੇ ਵਿਦਆਊਟ ਟੇਕਨ ਪਰਮਿਸ਼ਨ ਫਰੋਮ ਦਾ ਹਾਊਸ ਕਿਉਂਕਿ ਹਾਊਸ ਵਿੱਚ ਪਹਿਲਾਂ ਇਲੈਕਸ਼ਨ ਕਰਵਾਉਣ ਲਈ ਜਨਰਲ ਹਾਊਸ 'ਚ ਪਾਸ ਹੁੰਦਾ ਸਾਰੇ ਮੈਂਬਰਸ ਉਹਨੂੰ ਪਾਸ ਕਰਦੇ ਆ ਮੈਜੋਰਟੀ ਦੇ ਨਾਲ ਫਿਰ ਉਹ ਇਲੈਕਸ਼ਨ ਮੀਟਿੰਗ ਹੁੰਦੀ ਹੈ ਉਸ ਦਿਨ ਫਿਰ ਇਲੈਕਸ਼ਨ ਹੁੰਦਾ ਲੇਕਿਨ ਇਹਨਾਂ ਨੇ ਸਾਰੀਆਂ ਰੂਲਸ ਨੂੰ ਇੱਕ ਪਾਸੇ ਰੱਖਦੇ ਹੋਏ ਔਰ ਜਦਕਿ ਪ੍ਰੈਜੀਡੈਂਟ ਔਥਰਾਈਜ਼ ਹੀ ਨਹੀਂ ਮੀਟਿੰਗ ਕਾਲ ਕਰਨ ਲਈ ਸੈਕਟਰੀ ਕੈਨ ਕਾਲ ਮੀਟਿੰਗ ਔਰ ਸੈਕਟਰੀ ਨੇ ਸਪੈਸ਼ਲੀ ਫਿਰ ਇਹ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਜਿਸ ਵਿੱਚ 30 ਮੈਂਬਰਸ ਨੇ ਇਹ ਮੀਟਿੰਗ ਅਟੈਂਡ ਕੀਤੀ ਹੈ ਕੁਛ ਦੇ ਪ੍ਰੋਕਸੀ ਹੈ ਮੋਸਟਲੀ ਮੈਂਬਰ 22 ਮੈਂਬਰਸ ਵਰ ਫਿਜੀਕਲੀ ਪ੍ਰੈਜੈਂਟ ਔਰ ਜਿਨ੍ਹਾਂ ਨੇ ਇਹ ਪਾਸ ਕੀਤਾ ਕਿ ਅੱਜ ਦੀ ਜਿਹੜੀ ਮੀਟਿੰਗ 7 ਵਜੇ ਹੋ ਰਹੀ ਹੈ ਇਲੈਕਸ਼ਨ ਮੀਟਿੰਗ ਉਹਨੂੰ ਅਸੀਂ ਕੈਂਸਲ ਕਰਦੇ ਹਾਂ ਔਰ ਇਲੈਕਸ਼ਨ ਦੀ ਮੀਟਿੰਗ ਲਈ 10 ਤਰੀਕ ਮੁਕਰਰ ਕੀਤੀ ਗਈ ਆ ਪਹਿਲਾਂ 10 ਤਰੀਕ ਨੂੰ ਅਸੀਂ ਜਨਰਲ ਹਾਊਸ 'ਚ ਉਹਨੂੰ ਪਾਸ ਕਰੋਂਗੇ ਕਿ ਕਦ ਇਲੈਕਸ਼ਨ ਦੀ ਮੀਟਿੰਗ ਹੋਊਗੀ ਫਿਰ ਇਲੈਕਸ਼ਨ ਹੋਊਗਾ ਅੱਜ ਦੀ ਜੋ ਮੈਂਬਰਸ ਦੀ ਮੀਟਿੰਗ ਜੋ ਸਰ ਕੈਂਸਲ ਕੀਤੀ ਜਾਂ ਬਾਈਕਾਟ ਕੀਤਾ ਗਿਆ ਸਰ ਇਹਦਾ ਮੇਨ ਰੀਜ਼ਨ ਸਰ ਕੀ ਆ ਕਿ ਇਹ ਇਹਦਾ ਮੇਨ ਰੀਜ਼ਨ ਆ ਕਿ ਜਿਹੜਾ ਪ੍ਰੈਜੀਡੈਂਟ ਆ ਜੀ ਉਹ ਇਲੀਗਲ ਇਲੈਕਸ਼ਨ ਕਰਵਾ ਰਿਹਾ ਅੱਜ ਔਰ ਵਟਸਐਪ ਦੇ ਵਿੱਚ ਪਹਿਲਾਂ ਹੀ ਉਹ ਲਿਖ ਰਿਹਾ ਕਿ ਮੈਂ ਟਰਮਸ ਇਹਦੀਆਂ 5 ਸਾਲ ਦੀਆਂ ਫਿਕਸ ਕਰੂੰਗਾ ਕਿਉਂਕਿ ਖੁਦ ਇਲੈਕਸ਼ਨ ਲੜ ਰਿਹਾ ਜਿਹੜਾ ਕਿ ਉਹ ਆਥੋਰਾਈਜ਼ ਨਹੀਂ ਹੈ ਅੰਡਰ TVA ਕੌਨਸਟੀਟਿਊਸ਼ਨ ਰੂਲਸ ਸਾਡੀ ਟੈਕਸੇਸ਼ਨ ਬਾਰ ਐਸੋਸੀਏਸ਼ਨ ਡਿਊਲੀ ਰਜਿਸਟਰਡ ਹੈਗੀ ਆ ਔਰ 40 ਸਾਲ ਤੋਂ ਪਹਿਲਾਂ ਇਹ ਰਜਿਸਟਰਡ ਹੋਈ ਆ ਉਹਦੇ ਵਿੱਚ ਸਾਡੀਆਂ ਟਰਮਸ ਫਿਕਸ ਹੋਈਆਂ 3 ਸਾਲ ਦੀਆਂ 3 ਸਾਲ ਤੋਂ ਬਾਅਦ ਕੋਈ ਪ੍ਰੈਜੀਡੈਂਟ ਨਹੀਂ ਰਹਿ ਸਕਦਾ।